ਆਲਟੋ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ। ਗੁਰਦਾਸਪੁਰ ਤੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਲਾਈਵ ਡੇਟਾ, ਵੱਖ-ਵੱਖ ਪਿੰਡਾਂ 'ਚ ਚੱਲ ਰਿਹਾ ਤਲਾਸ਼ੀ ਅਭਿਆਨ, ਪੂਰੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਮੁਸ਼ਤੈਦ, ਏਅਰਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈਲ ਆਈਕੋਨ ਵੀ ਦਬਾ ਲਓ। DGP ਪੰਜਾਬ ਦੀਆਂ ਹਦਾਇਤਾਂ ਮੁਤਾਬਕ ਪੂਰੇ ਪੰਜਾਬ 'ਚ ਪੰਜਾਬ ਪੁਲਿਸ ਮੁਸ਼ਤੈਦੀ ਨਾਲ ਸਰਚ ਅਭਿਆਨ ਚਲਾ ਰਹੀ ਹੈ ਤੇ ਖਾਸ ਕਰਕੇ ਸ਼ੱਕੀ ਲੋਕਾਂ ਦੇ ਘਰਾਂ ਦੇ ਉੱਤੇ ਰੇਡਾਂ ਕੀਤੀਆਂ ਜਾ ਰਹੀਆਂ। ਇਸੇ ਲੜੀ ਤਹਿਤ ਤਰਨ ਤਾਰਨ ਅਤੇ ਗੁਰਦਾਸਪੁਰ ਦੇ ਜ਼ਿਲ੍ਹਿਆਂ ਅੰਦਰ ਵੱਖ ਵੱਖ ਪਿੰਡਾਂ ਦੇ ਵਿੱਚ ਤਲਾਸ਼ੀ ਅਭਿਆਨ ਚੱਲ ਰਿਹਾ। ਲਗਾਤਾਰ ਇਸ ਅਭਿਆਨ ਨੂੰ ਸਫਲਤਾ ਵੀ ਮਿਲਦੀ ਨਜ਼ਰ ਆ ਰਹੀ ਹੈ। ਇਹ ਅਭਿਆਨ ਪੰਜਾਬ ਦੇ ਲੋਕਾਂ ਦੇ ਵਿੱਚ ਨਸ਼ਿਆਂ ਤੇ ਅਪਰਾਧੀਆਂ ਨਾਲ ਲੜਨ ਦਾ ਹੌਸਲਾ ਵਧਾਉਣ ਦੇ ਵਿੱਚ ਸਹਾਈ ਹੋਵੇਗਾ। ਇਹ ਕਹਿਣਾ ਹੈ ਪੰਜਾਬ ਪੁਲਿਸ ਦੇ ਮੁੱਖ ਅਫਸਰਾਂ ਦਾ। ਤੁਹਾਡਾ ਇਸ ਬਾਰੇ ਕੀ ਵਿਚਾਰ ਹੈ, ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਜੀ। ਤੁਸੀਂ ਦੇਖ ਰਹੇ ਹੋ ਆਲਟੂ ਨਿਊਜ਼ ਲਈ ਗੁਰਪ੍ਰੀਤ ਸੰਧੂ ਅੰਮ੍ਰਿਤਸਰ ਤੇ ਜਸਵਿੰਦਰ ਬੇਦੀ ਗੁਰਦਾਸਪੁਰ ਦੀ ਵਿਸ਼ੇਸ਼ ਰਿਪੋਰਟ। ਮਾਨਯੋਗ DGP ਪੰਜਾਬ ਜੀ ਵੱਲੋਂ ਜਿਹੜੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਉਹਨਾਂ ਦੇ ਤਹਿਤ ਹੀ ਗੁਰਦਾਸਪੁਰ ਪੁਲਿਸ ਵੱਲੋਂ ਕਾਫੀ ਲੰਬੇ ਸਮੇਂ ਤੋਂ ਜੋ ਹੈ ਡਰੱਗ ਦੇ ਅਗੇਂਸਟ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਉਸੀ ਮੁਹਿੰਮ ਦੇ ਤਹਿਤ ਅੱਜ ਗੁਰਦਾਸਪੁਰ ਦੇ ਵਿੱਚ ਪੂਰੇ ਡਿਸਟ੍ਰਿਕਟ ਦੇ ਲੈਵਲ 'ਤੇ ਹੀ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ, ਜਿਸ ਦੇ ਵਿੱਚ ਕਾਫੀ ਸਾਰੇ ਜਿਹੜੇ ਸਾਡੇ ਆਈਡੈਂਟੀਫਾਈਡ ਡਰੱਗ ਹੌਟਸਪੋਟਸ ਹੈ ਉਹਨਾਂ ਨੂੰ ਲੋਕੇਟ ਕੀਤਾ ਗਿਆ ਹੈ ਅਤੇ ਉੱਥੇ ਜਿਹੜੇ ਸਮਗਲਰਸ ਹੈਗੇ ਜਾਂ ਜਿਹੜੇ ਡਰੱਗ ਦੇ ਕਾਰੋਬਾਰ ਦੇ ਵਿੱਚ ਸ਼ਾਮਿਲ ਰਹਿੰਦੇ ਹਨ ਉਹਨਾਂ 'ਤੇ ਘਰਾਂ 'ਤੇ ਰੇਡ 'ਤੇ ਚੈਕਿੰਗ ਕੀਤੀ ਜਾ ਰਹੀ ਹੈ। ਇਸ ਸਰਚ ਆਪਰੇਸ਼ਨ ਦੇ ਵਿੱਚ ਅਸੀਂ ਟੋਟਲ 9 ਲੋਕੇਸ਼ਨਸ ਪੂਰੇ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਆਈਡੈਂਟੀਫਾਈ ਕੀਤੀ ਹੈ, ਜਿੱਥੇ 187 ਤੋਂ ਵੱਧ ਜਿਹੜੇ ਹੈ ਵੱਖ ਵੱਖ ਘਰ ਹੈਗੇ ਜਾਂ ਟਿਕਾਣੇ ਹੈ ਇਹਨਾਂ ਦੇ ਜਿੱਥੇ ਚੈਕਿੰਗ ਕੀਤੀ ਜਾ ਰਹੀ ਹੈ। ਉਹਦੇ ਤਹਿਤ ਹੀ ਅੱਜ ਇੱਥੇ ਇਸਲਾਮਾਬਾਦ ਮੁਹੱਲਾ ਜੋ ਕਿ ਡਰੱਗ ਦੇ ਲਈ ਕਾਫੀ ਨੋਟੋਰੀਅਸ ਹੈ ਉੱਥੇ ਵੀ SP ਹੈੱਡਕੁਆਰਟਰ ਅਤੇ DSP ਸਿਟੀ, SHO ਸਿਟੀ ਅਤੇ ਬਾਕੀ ਸਾਰੇ ਅਫਸਰਸ ਅਤੇ ਜਿਹੜੀ ਸਾਡੀ ਟੀਮਾਂ ਹੈਗੀ ਉਹਨਾਂ ਦੇ ਥਰੂ ਨਾਰਕੋਟਿਕਸ ਦਾ ਡੋਗ ਯੂਜ਼ ਕਰਕੇ ਵੱਖ ਵੱਖ ਥਾਵਾਂ 'ਤੇ ਚੈਕਿੰਗ ਕੀਤੀ ਜਾ ਰਹੀ ਹੈ। ਕਾਮਯਾਬੀ ਹਾਲੇ ਹਾਸਿਲ ਹੋਈ ਹੈ, 1 20 ਗ੍ਰਾਮ ਹੈਰੋਇਨ ਜਿਹੜੀ ਹੈ ਰਿਕਵਰ ਹੋਈ ਹੈ ਜੋ ਮੈਨੂੰ ਹੁਣ ਪਤਾ ਚੱਲਿਆ। ਕਈ ਥਾਵਾਂ 'ਤੇ ਸਾਨੂੰ ਇਲੀਗਲ ਜਿਹੜੀ ਸ਼ਰਾਬ ਦੀ ਸਟੋਰੇਜ ਕੀਤੀ ਹੁੰਦੀ ਹੈ ਉਹ ਵੀ ਪਤਾ ਚੱਲਿਆ, ਤਾਂ ਉਹ ਜਿਹੜੀ ਕਾਨੂੰਨੀ ਕਾਰਵਾਈ ਉਹ ਕੀਤੀ ਜਾ ਰਹੀ ਹੈ। ਇੱਕ ਵਾਰ ਜਦੋਂ ਸਰਚ ਆਪਰੇਸ਼ਨ ਕੰਪਲੀਟ ਹੋ ਜਾਊਗਾ ਤਾਂ ਉਹਦਾ ਇੱਕ ਡਿਟੇਲਡ ਜਿਹੜਾ ਨੋਟ ਵੀ ਅਸੀਂ ਜਾਰੀ ਕਰਾਂਗੇ। ਨਹੀਂ, ਮੈਂ ਆਲਰੇਡੀ ਅਵਾਂਖਾ ਵੀ ਚੈਕਿੰਗ ਕਰਕੇ ਆਇਆ, ਅਵਾਂਖਾ ASP ਸਾਹਿਬ ਅਤੇ ਉੱਥੇ DSP ਆਏ ਉਹਨਾਂ ਦੀ ਟੀਮ ਲੱਗੀ ਹੋਈ ਹੈ, DSP ਕਲਾਨੌਰ ਕਲਾਨੌਰ ਦੇ ਏਰੀਆ ਦੇ ਵਿੱਚ ਕਰ ਰਹੇ ਹੈ, SPD ਜਿਹੜੇ ਹੈ ਉਹ ਧਾਰੀਵਾਲ ਦੇ ਏਰੀਆ ਦੇ ਵਿੱਚ ਚੈਕਿੰਗ ਕਰ ਰਹੇ ਹੈ। ਇਹ ਵੱਖ ਵੱਖ ਥਾਵਾਂ 'ਤੇ ਇੱਕ ਸਰਪ੍ਰਾਈਜ਼ ਚੈਕਿੰਗ ਜਿਹੜੀ ਹੈ ਕਿਉਂਕਿ ਹੁਣ ਸਰਦੀਆਂ ਦੇ ਦਿਨ ਹੈਗੇ, ਇਸ ਟਾਈਮ 'ਤੇ ਕਾਫੀ ਕੰਪਲੇਂਟ ਹੁੰਦੀ ਹੈ ਕਿ ਧੁੰਦ ਦਾ ਫਾਇਦਾ ਉਠਾ ਕੇ ਕਈ ਸਮਗਲਰ ਜਿਹੜੇ ਆ ਉਹ ਸਮਗਲਿੰਗ ਦੇ ਵਿੱਚ ਇਨਵੋਲਵ ਹੁੰਦੇ ਆ, ਤਾਂ ਇਹਨੂੰ ਹੀ ਮੁੱਖ ਰੱਖਦੇ ਹੋਏ ਅਸੀਂ ਅਰਲੀ ਮਾਰਨਿੰਗ ਤੋਂ ਹੀ ਚੈਕਿੰਗ ਕਰਵਾਈ ਹੈ। ਰੇਡ ਕੀਤਾ ਹੈ, ਇਹਦਾ ਕੀ ਮਕਸਦ ਹੈ? ਇਹ ਸਾਡੇ DGP ਸਾਹਿਬ ਦੀ ਹਦਾਇਤ 'ਤੇ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜੇ ਡਰੱਗਸ ਦੇ ਸਮਗਲਰਸ ਹੈ ਇਹਨਾਂ ਦੇ ਵਿਰੁੱਧ ਇੱਕ ਮੁਹਿੰਮ ਚੱਲ ਰਹੀ ਹੈ। ਪੂਰੇ ਪੰਜਾਬ ਦੇ ਵਿੱਚ ਸਾਰੇ ਸੀਨੀਅਰ ਅਫਸਰ ਦੀ ਡਿਊਟੀ ਲੱਗੀ ਹੈ ਅਤੇ ਮੈਂ ਅੱਜ ਤਰਨਤਾਰਨ ਜ਼ਿਲ੍ਹੇ 'ਚ ਆਇਆ ਅਤੇ SSP ਸਾਹਿਬ ਮੇਰੇ ਨਾਲ ਹੈ। ਅਸੀਂ ਆਹ ਹਰੀਕੇ ਪਿੰਡ ਨੂੰ ਖੁਦ ਮੈਂ ਚੈੱਕ ਕੀਤਾ ਹੈ ਅਤੇ ਇੱਥੇ ਜਿਹੜੀ ਹੁਣ ਤੱਕ ਡਿਸਟ੍ਰਿਕਟ ਤਰਨਤਾਰਨ ਜਿਹੜੀ ਰਿਕਵਰੀ ਹੋਈ ਹੈ 4 ਮੁਕੱਦਮੇ ਤਾਂ ਐਕਸਾਈਜ਼ ਦੇ ਹੈ, 3 NDPS ਕੇਸ ਹੋਏ ਹੈ, 1 PO ਨੂੰ ਵੀ ਅਰੈਸਟ ਕੀਤਾ ਹੈ ਅਤੇ ਇਸ ਤੋਂ ਇਲਾਵਾ 2.25 ਲੱਖ ਦੇ ਕਰੀਬ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਬਾਕੀ ਜਿਹੜਾ ਇਹ ਕੰਪੇਨ ਹੈ ਇਹ ਸਵੇਰੇ 8 ਸ਼ੁਰੂ ਹੋਈ ਸੀ ਅਤੇ 2 ਤੱਕ ਚੱਲੇਗੀ, ਤਾਂ ਜਿਹੜੀ ਵੀ ਕੋਈ ਫਾਈਨਲ ਰਿਕਵਰੀ ਹੋਈ ਇਹ ਤੁਹਾਨੂੰ ਫਿਰ ਨੋਟਸ 'ਚ ਲਿਆਂਦਾ ਜਾਏਗਾ। ਅਤੇ ਇਹ ਇਹਦੇ ਵਿੱਚ 4 ਸਬਡਿਵੀਜ਼ਨਾਂ ਪੈਂਦੀਆਂ ਤਰਨ ਤਾਰਨ ਦੇ ਵਿੱਚ ਅਤੇ ਟੋਟਲ 550 ਦੇ ਕਰੀਬ ਬੰਦੇ ਅੱਜ ਜਿਹੜਾ ਕੈਸੋ ਚੱਲ ਰਿਹਾ
ਉਹਦੇ ਪੂਰੇ 550 ਬੰਦੇ ਇਨਵੋਲਵ ਹੈ, ਸਾਰੇ ਗਜ਼ਟਡ ਅਫਸਰ, SHO, ਹੋਰ NGO, OR ਸਾਰੀ ਫੋਰਸ ਇਹਦੇ ਵਿੱਚ ਲੱਗੀ ਹੋਈ ਹੈ ਅਤੇ ਬੜੇ ਅੱਛੇ ਰਿਜ਼ਲਟ ਆਉਣ ਦੀ ਉਮੀਦ ਹੈ।